ਦੇਸ਼ ਭਰ ਵਿੱਚ ਮੋਦੀ ਦੀ ਸਰਕਾਰ ਬਣਨ ਤੇ ਲੁਧਿਆਣਾ ਬੀਜੇਪੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਉਤਸ਼ਾਹਤ ਬੀਜੇਪੀ ਵਰਕਰਾਂ ਨੇ ਪਟਾਕੇ ਫੋੜ ਕੇ ਜਸ਼ਨ ਮਨਾਇਆ। ਇਸ ਦੌਰਾਨ ਯੁਵਾ ਨੇਤਾ ਸ਼ੰਟੀ ਨੇ ਕਿਹਾ ਕਿ ਦੇਸ਼ ਵਿੱਚ ਮੋਦੀ ਦੀ ਜਿੱਤ ਸਾਰਿਆਂ ਦੀ ਜਿੱਤ ਹੈ। ਇਸ ਨਾਲ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਇਹ ਤਾਂ ਨਰਿੰਦਰ ਮੋਦੀ ਜੀ ਨੂੰ ਇੰਡੀਆ ਦਾ ਪ੍ਰਾਈਮ ਮਿਨਿਸਟਰ ਬਣਾਇਆ ਗਿਆ ਜੀ ਦੁਬਾਰਾ ਤੋਂ। ਸਭ ਕਾ ਸਾਥ ਸਭ ਕਾ ਵਿਕਾਸ, ਇਹ ਤਾਂ ਲੋਕਾਂ ਦੇ ਦਿਲਾਂ ਦੀ ਜਾਨ ਸੀ ਜੋ ਕਿ ਨਰਿੰਦਰ ਮੋਦੀ ਜੀ ਨੂੰ ਦੁਬਾਰਾ ਲਿਆਂਦਾ ਗਿਆ ਔਰ ਰਾਹੁਲ ਗਾਂਧੀ ਜੀ ਨੂੰ ਅਮੇਠੀ ਤੋਂ ਵੀ ਹਰਾ ਕੇ ਅਸੀਂ ਬਹੁਮਤ ਹਾਸਲ ਕੀਤੀ ਹੈ। ਹਿੰਦੁਸਤਾਨ ਦੇ ਮਤਦਾਤਾ ਵਧਾਈ ਦੇ ਪਾਤਰ ਨੇ ਔਰ ਸਾਰੇ ਹਿੰਦੁਸਤਾਨ ਨੂੰ 5 ਸਾਲਾਂ ਲਈ ਬੇਫਿਕਰ ਹੋਣਾ ਪੈ ਰਿਹਾ ਕਿ ਹੁਣ ਸਾਡਾ ਦੇਸ਼ ਸੁਰੱਖਿਅਤ ਹੱਥਾਂ 'ਚ ਹੈ। ਜਿੱਦਾਂ ਮੋਦੀ ਜੀ ਨੇ ਨਾਰਾ ਦਿੱਤਾ ਹੈ, ਸਭ ਕਾ ਸਾਥ ਸਭ ਕਾ ਵਿਕਾਸ ਔਰ ਸਭ ਕਾ ਵਿਸ਼ਵਾਸ ਉਹਨਾਂ ਨੇ ਹਾਸਲ ਕੀਤਾ। ਅੱਜ ਦੇ ਦਿਨ 'ਤੇ ਸਾਰੇ ਹਿੰਦੁਸਤਾਨ ਦੇ ਮਤਦਾਤਾ ਸਾਰੇ ਭਾਰਤ ਵਾਸੀ ਵਧਾਈ ਦੇ ਪਾਤਰ ਹੈ ਔਰ ਮੈਂ ਸਮਝਦਾ ਜੈਸਾ ਪ੍ਰਚੰਡ ਬਹੁਮਤ ਨਰਿੰਦਰ ਮੋਦੀ ਜੀ ਨੂੰ ਮਿਲਿਆ ਹੁਣ ਦੇਸ਼ ਵਿਸ਼ਵ ਗੁਰੂ ਬਹੁਤ ਜਲਦ ਬਣ ਕੇ ਰਹੇਗਾ, ਐਸਾ ਸਾਨੂੰ ਸਭ ਨੂੰ ਆਸ ਵੀ ਹੈ ਅਰਦਾਸ ਵੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।